ਹਾਂ ਜੀ ਅਸਲਾਮ ਅਲੈਕਮ ਚਾਚੇ ਦਿਓ ਕੀ ਹਾਲ ਹੈ, ਉਮੀਦ ਕਰਦਾ ਸਾਰੇ ਖੁਸ਼ ਹੋ ਸਨ, ਰਾਜ਼ੀ ਤਰਕੜੇ ਵਧੀਆ। ਅਤੇ ਆ ਗਿਆ ਜਨਾਬ ਨਵੀਂ ਵੀਡੀਓ ਲੈ ਕੇ, ਨਵਾਂ ਵਲੌਗ ਲੈ ਕੇ। ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਗੱਡੀਆਂ 3 ਨੰਬਰ ਸੁਣਾਈ 'ਚ ਖਾਲੀ ਕੀਤੀਆਂ ਨੇ, ਅਤੇ ਉਸ ਤੋਂ ਬਾਅਦ ਅੱਗੇ ਗੱਡੀਆਂ ਜ਼ਿਆਦਾ ਆਉਣ, ਤਾਂ ਮੈਂ ਕਿਹਾ ਮੱਤੇ ਸ਼ਰਕੀਏ 'ਤੇ ਸਟੇਅ ਕਰਾਂਗੇ। ਅਤੇ ਉਸ ਤੋਂ ਬਾਅਦ ਮੱਤੇ ਸ਼ਰਕੀਏ ਤੱਕ ਖੜ੍ਹੇ ਹਾਂ, ਅਤੇ ਡੀਗਰ ਕਵੇ ਨਾ ਤਕਰੀਬਨ 5-6 ਵਜੇ ਉਹਨਾਂ ਆ ਕੇ ਵਾ ਖਮੀਸ ਦਾ ਲੋਡ ਹੈ ਜੇ ਕਰਨਾ। ਮੈਂ ਤਾਂ ਰਿਸ਼ਾ ਦੋਵੇਂ ਆਈ, ਅਰਸ਼ ਦਾਦਾ ਮੈਂ ਨਹੀਂ ਕਰਨਾ, ਤੂੰ ਕਰਨਾ ਤਾਂ ਕਰ ਲੈ, ਠੀਕ ਹੈ। ਅਤੇ ਖਮੀਸ ਦਾ ਲੋਡ ਧਰ ਲਿਆ ਉੱਤੇ ਅੱਲਾਹ ਦਾ ਨਾਂ ਲੈ ਕੇ, ਲੱਦ ਕੇ ਤੁਸੀਂ ਜਨਾਬ ਗੈਰ ਮੁਸਲਮੀਨ ਤੋਂ ਅਗਾਂਹ ਆ ਕੇ ਨਾ, ਜਿੱਥੋਂ ਅੱਲਾਹ ਤੁਹਾਡਾ ਭਲਾ ਕਰੇ, ਸੇਲ ਆਏ ਰੋਡ ਪਵੀ ਦਾ ਉਸ ਰੋਡ ਪੈ ਕੇ ਰਾਤੀ ਸਹਿ ਗਏ, ਠੀਕ ਹੈ। ਇੱਥੋਂ ਬਿਲਕੁਲ ਨੋਟ ਬੈਠੇ ਹਾਂ, ਗੱਡੀ ਸਲਮ ਮਾਰ ਲਿਆ, ਵਾਸ਼ਵਾ ਪੂਰੀ ਹੈ, ਜੂਸ ਜਨਾਬ ਬਣਾ ਲਏ ਹੈ, ਠੀਕ ਹੈ, ਜੂਸ ਬਣਾ ਲਏ ਹੈ, ਬਾਂਡੇ ਛਾਂਡੇ ਜਿਹੜੇ ਦੋਨੇ ਹਨ ਦੋ ਦਵਾ ਲਏ ਨੇ, ਅਤੇ ਲੋਡ ਮੈਂ ਤੁਹਾਨੂੰ ਪਾ ਛੱਡਾਂ। ਤਕਰੀਬਨ 10 ਬੋਕਸ ਲੋਡ ਕੀਤੇ ਨਾ, ਅਤੇ ਵਹਿਣ 'ਚ ਵੀ ਸਾਡੇ ਨਾਲ ਹੀ ਜਾਣ ਲਾਦ ਕੇ ਨਿਕਲੀ ਜੀ, ਜਿਹਨੇ ਉੱਥੇ ਜਾ ਕੇ ਖਾਲੀ ਕਰਨਾ ਹੈ। ਐਵੇਂ ਕਿਹਾ ਪਿੱਛੇ ਤਾਂ ਸੇਮ ਬਰਾਬਰ ਨੇ, 3 ਇੱਕੋ ਜਿਹੇ 6, ਅੱਗੇ 2 ਵੱਡੇ ਨੇ ਅਤੇ 2 ਨਿੱਕੇ ਨੇ, ਠੀਕ ਹੈ। ਸ਼ੁਰੂ ਕਰਦੇ ਅੱਜ ਦਾ ਵਲੌਗ। ਜਿਹੜੇ ਬੰਦੇ ਚੈਨਲ 'ਤੇ ਨਵੇਂ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਲਾਈਕ ਅਤੇ ਸ਼ੇਅਰ ਕਰਦੇ ਰਹੇ, ਠੀਕ ਹੈ। ਮੈਂ ਪੀ ਲਾਂ ਜੂਸ, ਹੁਣ ਨਿਕਲੀਏ। ਜੂਸ ਨਾ ਪੀ ਕੇ ਜਗ ਸ਼ਗ ਧੋ ਲਿਆ ਗੱਡੀ ਦਾ ਜਨਾਬ, ਤੇਲ ਪਾਣੀ ਚੈੱਕ ਕੀਤਾ ਜੀ, ਬੋਨਟ ਕਰੋ ਬੰਦ, ਬਾਕੀ ਆ ਮੱਤਾ ਥੋੜ੍ਹਾ ਚੜਾਈ ਉੱਤੇ ਨਾ, ਇਸ ਵਾਸਤੇ ਸੇਫਟੀ ਵਾਸਤੇ ਅੱਗੇ ਵੀ ਮੈਂ ਵੱਟਾ ਲਾਇਆ ਉਸ ਸਾਈਡ 'ਤੇ, ਅਤੇ ਪਿੱਛਾ ਮੈਂ ਵੱਟਾ ਲਾਇਆ ਕਿਉਂਕਿ ਇਹ ਪਹਾੜੀ ਜੀ ਉੱਤੇ ਨਾ। ਹਲਕਾ ਸੱਚਿਆ ਮਦਦ ਕਰੀ, ਲਓ ਜੀ ਜਵਾਨਾ ਉੱਤੇ ਅਸੀਂ ਪੈ ਗਏ ਜੇ ਰੋਡ 'ਤੇ ਨਾ, ਇਹ ਸਾਹਮਣੇ ਸੇਲ ਕਬੀਰ ਵਾਲਾ, ਜਿਹਨੇ ਅੱਗੋਂ ਸੇਲ ਕਬੀਰ ਸਾਹਮਣੇ ਨਾ ਇਸ ਸਾਈਡ 'ਤੇ, ਅਤੇ ਰੋਡ ਪੈ ਗਿਆ। ਟਾਈਮ ਵੇਖ ਲਓ ਤੁਸੀਂ, ਹੁਣ ਇੱਥੇ ਹੋ ਗਿਆ, ਅੱਲਾ ਤੁਹਾਡਾ ਭਲਾ ਕਰੇ। 7:40 ਅਸੀਂ ਜਨਾਬ ਇੱਥੋਂ ਟੁਰਨ ਲੱਗੇ ਹਾਂ, ਅੱਲਾ ਖੈਰ ਕਰੇ, ਅੱਲਾ ਪਾਕ ਜਿੱਤੀਆਂ ਤੋਂ ਬਚਾਏ, ਕਿਉਂਕਿ ਸਾਡੀ ਕੱਲ੍ਹ ਗੱਡੀ ਕਲਟੀ ਹੋਈ ਹੈ ਸ਼ੀਸ਼ੇ ਵਾਲੀ, ਸ਼ੋਰ ਨਵੇਂ ਹੀ ਆਈ, ਅਤੇ ਸ਼ੀਸ਼ਾ ਤਾਂ ਬਾਈ ਤਰੁੱਟ ਗਿਆ, ਤਾਂ ਆਪ ਅੱਲਾ ਦਾ ਸ਼ੁਕਰ ਹੈ ਬਾਅਦ 'ਚ ਬਚਾ ਗਿਆ, ਠੀਕ ਹੈ। ਇਸ ਵਾਸਤੇ ਅੱਲਾ ਪਾਕਣ ਜਿੱਥੀਆਂ ਤੋਂ ਬਚਾਏ, ਇਹ ਦੇਰ ਸਵੇਰ ਹੁੰਦੀ ਰਹਿੰਦੀ ਹੈ। ਮੈਂ ਸੱਚੀ ਗੱਲ ਇਸ ਵਜ੍ਹਾ ਤੋਂ ਨਾ, ਤਕਦੀਰਾਂ ਡਾਢੀਆਂ ਹੁੰਦੀਆਂ ਨੇ, ਬੜੀ ਪੁਰਸਕੂਨ ਗੱਡੀ ਚਲਾਉਣਾ, ਨੀਂਦਰ ਆਵੇ ਨਾ, ਕਦੇ ਸੰਗ ਵੀ ਹੋਵੇ ਮੈਂ ਨਾ ਤੁਸੀਂ ਟੁਰ ਜਾਓ ਮੈਂ ਆ ਜਾਂਦਾ, ਉਹਦੇ ਨਹੀਂ ਵਾ ਨਾ ਪਹੁੰਚਣੇ ਸੀ, ਦੇਰ 'ਚ ਪਹੁੰਚਣਾ ਬਿਹਤਰ ਹੈ। ਨਿੱਕੇ ਜਾਂਪ ਨੇ ਗੱਡੀ ਲੈ ਜਾਂਦੇ ਨੇ, ਸਾਡਾ ਪਤਾ ਵੀਲ ਕਾਫੀ ਡੈ ਗਏ ਆ, ਅਤੇ ਜਰਬ ਤੇ ਜਾਬੇ ਤੋਂ ਜਨਾਬ ਫਿਰ ਸਿੱਧਾ, ਮੈਂ ਤੁਹਾਨੂੰ ਕਿਲੋਮੀਟਰ ਦੱਸਦਾ, ਇਹ ਬੋਰਡ ਲਗਾ ਹੁੰਦਾ, ਉਸ ਤੋਂ ਬਾਅਦ ਨਾ ਸਾਰਾ ਨਾ ਏ ਟੂ ਜ਼ੈਡ ਕਿੰਨੇ ਕਿਲੋਮੀਟਰ ਕੀ ਕੀ ਰਹਿ ਗਿਆ ਕੀ, ਬਾਕੀ ਸਾਹਮਣੇ ਤੁਰਬਾ
ਤੁਰਬਾ ਬਿਲਕੁਲ ਸਟੇਟ, ਕਦੇ ਆਵੀਦਾ ਜੀ ਤੇ ਇੱਥੋਂ ਜਾਈਦਾ ਜੀ, ਸ਼ੁਰੂ ਜਾਣਾ ਹੋਵੇ ਜੀ ਨਾ ਤੁਰਬਾ, ਤੁਰਬੇ ਤੋਂ ਫਿਰ ਸਿੱਧਾ ਯਾਨੀ ਬੀਸ਼ੇ ਤੋਂ ਵੀ ਥੋੜ੍ਹਾ ਸਾਈਡ 'ਤੇ ਰਹਿ ਜਾਈਦਾ, ਫਿਰ ਸਿੱਧਾ ਖੁਰਮਾ ਸੋਰੀ ਰਨੀਆਂ 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 ਤੋਂ ਫਿਰ ਪਰਾਂ ਨਿਕਲੀਦਾ ਜੀ। ਇਹ ਜਨਾਬ ਬੋਰਡ ਹੈ ਜਿਉਂ ਤੁਸੀਂ ਰਾਈਡ ਕਰਨਾ ਨਾ, ਅਲ ਹਸ਼ਰ ਜੇ 18 ਕਿਲੋਮੀਟਰ, ਅਲ ਕਵਾਮਾ 60, ਜਰਬ 120, ਅਲ ਅਕੇਕ 130, ਅਲ ਬਾਹ 165 ਅਤੇ ਬੀਸ਼ਾ 215 ਕਿਲੋਮੀਟਰ। ਸਾਹਮਣੇ ਅਲ ਕਵਾਮਾ ਅਤੇ ਅਸੀਂ ਇੱਥੋਂ ਕੱਚੇ ਵਿੱਚੋਂ ਤੀ ਨਾ, ਮੇਨ ਨਿਸ਼ਾਨੀ ਇੱਥੇ ਆ ਪੰਚਰੀ ਹੈ, ਤਾਂ ਜਿੱਥੇ ਗੱਡੀ ਖੜ੍ਹੀ ਹੈ ਉੱਥੇ ਹੋਟਲ ਹੈ ਪਾਕਿਸਤਾਨੀ। ਅੱਲਾ ਬਚਾਈ, ਸ਼ੀਸ਼ੇ ਦਾ ਕੰਮ ਬੜੇ ਖਤਰਨਾਕ ਹੈ। ਓਏ ਹੋਏ ਹੋਏ ਅਤੇ ਇੱਥੇ ਕੱਚੇ ਵਿੱਚ ਗੱਡੀਆਂ ਔਰ ਮੇਨ ਰੋਡ 'ਤੇ ਚੜ੍ਹਦੀਆਂ ਨੇ, ਜਿਹੜਾ ਜਰਬਾਲ ਜਾ ਰਿਹਾ ਸਹੀ ਹੈ। ਅਸੀਂ ਹੁਣ ਇੱਥੋਂ ਕੋ ਮਾੜਾ ਚੰਗਾ ਕਰ ਲਈ, ਕਿਉਂਕਿ ਨਾਸ਼ਤਾ ਵੀ ਨਹੀਂ ਕੀਤਾ, ਅੱਗੋਂ ਨਿਕਲ ਆਇਆ ਯੂਰਾਂ ਅਤੇ ਅੱਗੋਂ ਉੱਥੇ ਹੋਟਲ ਕੋ ਨਹੀਂ ਲੱਭਾ। ਇਹ ਜਨਾਬ ਪਾਕਿਸਤਾਨੀ ਹੋਟਲ ਹੈ, ਇੱਥੋਂ ਕੋਈ ਲੈ ਲਵੀਏ ਲਿਖਿਆ। ਇਹ ਜਨਾਬ ਪਾਕਿਸਤਾਨੀ ਹੋਟਲ ਜੇ, ਆ ਜਾ ਚਲੀਏ ਨਾ ਰੋਟੀ ਟੁੱਕਰ ਤੇ ਖਾਈਏ। ਇਹ ਜਨਾਬ ਆਰਡਰ ਕੀਤਾ ਜੇ ਮੈਂ ਦਾਲ ਚਨੇ ਦੀ, ਕਿਉਂਕਿ ਗੋਸ਼ਤ ਦੋ ਤਰ੍ਹਾਂ ਦਿਹਾੜੇ ਹੋ ਗਏ ਖਾਣੇ ਆ। ਇਹ ਵੇਖ ਲਓ ਇੱਥੇ ਗਾਂ ਵੀ ਹੈ, ਵਾਹ ਵਾਹ ਵਾਨੜੀ ਹੈ। ਇਹ ਸੇਰੀਏ ਜੀ ਹੈ, ਉਹ ਇੱਕ ਕਿਮ ਚੁਗਦੀ ਫਿਰਦੀ ਹੈ, ਮਤਲਬ ਬੰਦੇ ਇੱਥੇ ਅਲਮਰਾਜ ਦਾ ਦੁੱਧ ਕੋਈ ਨਹੀਂ ਪੀਂਦੇ। ਇਹਨਾਂ ਦੀ ਹੈ ਨਾ ਹੈ ਵੀ ਕੋਈ ਫਸੀ, ਇੱਕ ਲੱਕੜੀ ਲੁਕੜੀ ਫਸਿਆ ਕੀ ਹੋਇਆ ਜੀ। ਨਹੀਂ ਨਹੀਂ ਉਹਨੇ ਗਲੇ ਜੂ ਪਾਏ ਹੈ, ਡਾਢੀ ਹੈ ਤਾਂ ਕੁਛ ਗਲੇ ਸਰੀਆ ਪਾਇਆ ਨਾ। ਰੋਟੀ ਛੋਟੀ ਖਾ ਕੇ ਤਾਂ ਹੁਣ ਸਾਡਾ ਜਨਾਬ ਜਰਬ ਵੱਲ ਮੂੰਹ ਹੋ ਗਿਆ ਜਰਬ। ਇਹ ਜਨਾਬ ਆ ਗਿਆ ਜੇ ਜਰਬ, ਅਗਲੇ ਦਿਨ ਵੀ ਤੁਹਾਨੂੰ ਤਕਾਇਆ, ਨਿੱਕੀਆਂ ਨਿੱਕੀਆਂ ਵਾਦੀਆਂ ਨੇ, ਏਡੀਆਂ ਵੱਡੀਆਂ ਕੋਈ ਨਹੀਂ। ਇਹ ਜਨਾਬ ਇਹਦਾ ਪਹਿਲਾ ਰਾਊਂਡ ਬੋਰਡ ਹੈ, ਦੋਰਾ ਦੁਬਾਰਾ ਜੋ ਕੋਈ ਮਰਜ਼ੀ ਆਖ ਲਓ, ਠੀਕ ਹੈ। ਇਸ ਤੋਂ ਅਗਲੇ ਪਾਸੇ ਪੰਜਾਬ ਹੈ, 30-40 ਕਿਲੋਮੀਟਰ ਤੋਂ ਬਾਅਦ ਉਹ ਆ ਜਾਣਾ, ਉਹ ਵੀ ਛੋਟੀ ਵਾਦੀ ਹੈ। ਪਹੁੰਚ ਆਇਆ ਜਾਬਾ, ਜਰਬ ਤੋਂ ਅੱਗੇ ਤਕਰੀਬਨ ਨਜ਼ਦੀਕ ਹੀ ਹੈ ਜਾਬਾ, 30-40 ਕਿਲੋਮੀਟਰ ਹੈ। ਇਹ ਵੇਖੋ ਨਾ ਜੇ ਜਾਬਾ, ਜਾਬੇ ਤੋਂ ਬਾਅਦ ਜਨਾਬ ਹੁਣ ਅਗਾਂ ਬੀਸ਼ਾ, ਅਤੇ ਬੀਸ਼ੇ ਤੋਂ ਬਾਅਦ ਫਿਰ ਖਮੀਸ ਮਸ਼ੀਦ ਇਨਸ਼ਾ ਅੱਲਾਹ। ਇਹ ਆਟੋਮੈਟਿਕਲੀ ਰਾਈਡ ਕਰਾ ਛੱਡੇ ਦਾ ਤੁਹਾਨੂੰ ਜਾਬੇ ਵਿੱਚੋਂ ਨਾ, ਅੱਗੋਂ ਸਿੱਧਾ ਬੀਸ਼ੇ ਵੱਲ ਜਾਣਾ, ਅੱਗੋਂ ਜਿੱਥੋਂ ਹਟਣਾ ਉਹ ਵੀ ਚੱਲ ਤੁਹਾਨੂੰ ਦੱਸਣੇ ਆ। ਉਹ ਉੱਥੇ ਬਾਹਰ ਨਿਕਲ ਕੇ ਨਾ ਹੋਟਲ ਹੈ, ਤਾਂ ਉੱਥੇ ਨਾ ਘੰਟਾ ਡੇਢ ਨਹੀਂ ਜਿਹੜਾ ਸਟੇ ਕਰਦੇ ਹਾਂ, ਉਸ ਤੋਂ ਬਾਅਦ ਫਿਰ ਨਿਕਲਾਂਗੇ। ਇਹ ਜਨਾਬ ਵੇਖੋ ਖਿਲਾਰ ਛੜੀ ਗੱਡੀ, ਉਹ ਸਾਹਮਣੇ ਹੋਟਲ ਹੈ ਮਤਾਮ ਮੁਨੀਰਾ, ਠੀਕ ਹੈ। ਇੱਥੇ ਹੁਣ ਘੰਟਾ ਸਾਰਾ ਸਟੇ ਕਰਦੇ ਹਾਂ, ਉਸ ਤੋਂ ਬਾਅਦ ਇਨਸ਼ਾਅੱਲਾ ਆਗਾ ਨਿਕਲਾਂਗੇ, ਸਹੀ ਹੈ। ਜਾਣਾ ਥੋੜ੍ਹਾ ਥੋੜ੍ਹੀ
ਦੇਰ ਰੈਸਟ ਤੋਂ ਬਾਅਦ ਜਨਾਬ ਨਿਕਲੇ ਹਾਂ ਜਾਬਾ ਤੋਂ, ਅਤੇ ਜਾਬੇ ਤੋਂ ਤਕਰੀਬਨ 30-40 ਕਿਲੋਮੀਟਰ ਤੋਂ ਬਾਅਦ ਨਾ ਘੱਟ ਆ ਜਾਂਦਾ ਜਿਹੜਾ ਖਮੀਸ ਨੂੰ ਜਾਂਦਾ। ਘੱਟ ਪਿਛਲੇ ਪਾਸੇ ਬੋਰਡ ਵੀ ਲੱਗੀ ਹੋਇਆ ਬੀਸ਼ਾ ਖਮੀਸ ਦਾ, ਬੀਸ਼ੇ ਦਾ ਖਮੀਸ ਦਾ ਬੋਰਡ ਵੀ ਲੱਗਿਆ ਹੈ। ਘੱਟ ਤੋਂ ਬਾਅਦ ਇਹ ਵੇਖੋ ਬੀਸ਼ੇ ਦਾ ਬੋਰਡ 53 ਅਤੇ ਟੋਟਲ 283 ਰਹਿ ਗਿਆ ਖਮੀਸ। ਜਿਉਂ ਹੀ ਤੁਸੀਂ ਜਨਾਬ ਉੱਥੋਂ ਆਖਰੀ ਟੀ ਤੋਂ ਲੈਫਟ ਮਾਰਨਾ ਹੈ ਨਾ, ਬੀਸ਼ੇ ਅਲੱਗ ਅਲੱਗ ਪਾਸੇ ਬ੍ਰਿਜ ਆ ਜਾਣਾ, ਬ੍ਰਿਜ ਉੱਤੋਂ ਤੁਸੀਂ ਰਣੀਏ ਦਰਿਆ ਦਾ ਲਾਉਣਾ, ਰਣੀਏ ਦਰਿਆ ਦਾ ਲਾਉਣਾ ਅਤੇ ਇਹ ਪਹਿਲਾ ਰਾਊਂਡ ਬੋਰਡ ਆ ਜਾਣਾ, ਇਹ ਵੀ ਸਿੱਧਾ ਹੀ ਲੱਗਣਾ। ਠੀਕ ਹੈ, ਬੀਸ਼ਾ ਬਾਹਰ ਨਿਕਲਣਾ ਆ ਤਾਂ ਬਾਹਰ ਨਿਕਲ ਕੇ 15-20 ਕਿਲੋਮੀਟਰ 'ਤੇ ਨਾ ਬੀਸ਼ੇ ਦੀ ਨਾ ਸੀਮੈਂਟ ਵਾਲੀ ਕੰਪਨੀ ਹੈ ਸ਼ਿਰਕਾ ਇਸਮੰਤ ਅਲਮੰਤਕਾ ਅਲਜਨੂਬੀਆ ਮਸਨਾ ਬੀਸ਼ਾ। ਠੀਕ ਹੈ, ਬਾਕੀ ਇਹ ਜਿਹੜਾ ਮੰਤਕਾ ਹੈ ਨਾ, ਯਾਨੀ ਜਿਹੜਾ ਜ਼ਿਲ੍ਹਾ ਹੈ ਉਹ ਮੰਤਕਾ ਅਸੀਰ ਬਣਦਾ ਹੈ। ਸਹੀ ਹੈ, ਮੰਤਕਾ ਅਸੀਰ ਹੈ, ਹੁਣ ਬੋਰਡ ਹੈਗਾ ਜਗ੍ਹਾ ਜਗ੍ਹਾ 'ਤੇ ਆਵੇ ਦਾ ਮਰ ਅਲਫ ਮਰਹਬਾ ਮੰਤਕਾ ਅਸੀਰ। ਠੀਕ ਹੈ, ਜੇਕਰ ਸਾਡਾ ਹੁਣ ਹੈ ਨਾ, ਮੇਰੇ ਖਿਆਲ ਨਾਲ ਜ਼ਿਲ੍ਹੇ ਨਹੀਂ ਯਾਦ ਨੇ ਮੰਤਕਾ। ਠੀਕ ਹੈ, ਅਤੇ ਇਹ ਮੰਤਕਾ ਅਸੀਰ ਹੈ। ਇਹ ਜੱਟ ਸਾਰਾ ਮੱਥੇ 'ਤੇ ਖਲੋਤੇ ਆ, ਮੈਂ ਕਿਹਾ ਨਾਲੇ ਟਾਇਰ ਸ਼ੁਇਰ ਚੈੱਕ ਕਰ ਲਈਏ, ਨਾਲੇ ਥੋੜ੍ਹਾ ਜਿਹਾ ਟੁਰੀਏ ਫਿਰੀਏ। ਬੜੀ ਜਨਾਬ ਠੰਡੀ ਆਵਾਜ਼ ਹੈ ਅਤੇ ਮੌਸਮ ਤੁਸੀਂ ਵੇਖ ਸਕਦੇ ਹੋ, ਪਹਾੜ ਜਨਾਬ ਵੇਖੋ, ਇਹ ਜੇ ਖਮੀਸ ਮਸ਼ੀਤ ਮੰਤਕਾ ਅਸੀਰ। ਠੀਕ ਹੈ, ਇਹ ਆਪਣੀ ਲਾਰੀ ਜਨਾਬ ਖੜੀ ਹੈ ਅਤੇ ਮਾਤਾ ਜੇ ਮਜਮਾ ਅਲ ਤਕਵਾ ਲਿਲ ਤਿਜਾਰੀ, ਤਕਰੀਬਨ 160-170 ਕਿਲੋਮੀਟਰ ਖਮੀਸ ਮਸ਼ੀਤ ਰਹਿ ਗਿਆ। ਅਸੀਂ ਜਨਾਬ ਬਿਲਕੁਲ ਵਾਜਿਬ ਨਸ਼ਬਲ ਦੇ ਨੇੜੇ ਆ ਗਏ, ਜਿਹੜੀ ਆਖਰੀ ਬ੍ਰਿਜ ਨੇ ਉੱਥੇ ਰਾਈਡ ਕਰਨਾ ਅਤੇ ਪਤਾ ਖਮੀਸ ਆ ਲੱਟਣਾ ਅਤੇ ਅੱਗੋਂ ਵਾਜਿਬ ਨਸ਼ਬਲ ਆਉਣਾ। ਠੀਕ ਹੈ, ਉਸ ਤੋਂ ਥੋੜ੍ਹਾ ਜਿਹਾ ਪਹਿਲੋ ਇੱਕ ਪਾਕਿਸਤਾਨੀ ਹੋਟਲ ਹੈ ਜਿੱਥੇ ਰੋਟੀ ਖਾਧੀ ਹੈ, ਚਾਏ ਨਾਲ ਪਾਰਸਲ ਲਈ ਹੈ ਪੀਂਦੇ ਹਾਂ ਫਿਰ, ਅਤੇ ਆਖਰੀ ਘੱਟ ਕੋਲ ਅਸੀਂ ਆ ਗਏ ਹਾਂ ਆਖਰੀ ਰਾਈਡ ਕੋਲ। ਵੇਖੋ ਨਾ, ਇਹ ਆਖਰੀ ਵਾਜਿਬ ਨਸ਼ਬਲ ਅਤੇ ਖਮੀਸ ਮਸ਼ੀਦ ਦਾ ਇੱਥੋਂ ਰਾਈਟ, ਇਹ ਜਨਾਬ ਅਸੀਂ ਰਾਈਟ ਹੁੰਦੇ ਹਾਂ ਫਿਰ ਇੱਥੋਂ ਤਕਰੀਬਨ 5-10 ਕਿਲੋਮੀਟਰ ਵਾਜਿਬ ਨਸ਼ਬਲ ਹੈ ਅਤੇ ਫਿਰ ਉਸ ਤੋਂ ਅੱਗੇ ਖਮੀਸ ਮਸ਼ੀਦ, ਖਮੀਸ ਮਸ਼ੀਦ ਤੋਂ ਪਹਿਲਾਂ ਹੀ ਸੁਣਾਈ ਹੈ। ਤੁਹਾਨੂੰ ਪਤਾ ਪਿਛਲੀ ਵਾਰ ਵੀ ਉੱਥੇ ਗਏ ਹਾਂ ਅਤੇ ਉੱਥੇ ਜਾਣਾ। ਇਹ ਜਵਾਨਾ ਅਸੀਂ ਵਾਦੀ ਬਿਨ ਹਸ਼ਬਲ ਵੇ ਲੱਗਿਆ ਫਿਰਨੇ ਹਾਂ। ਠੀਕ ਹੈ, ਵਾਦੀ ਬਿਨ ਹਸ਼ਬਲ, ਮਿਨ ਹਸ਼ਬਲ ਨਹੀਂ ਬਿਨ ਹਸ਼ਬਲ, ਵਾਦੀ ਬਿਨ ਹਸ਼ਬਲ ਦੇ ਵਿੱਚ ਇੱਥੋਂ ਹੁਣ ਨਿਕਲਣਾ ਤਾਂ ਤਕਰੀਬਨ ਨਜ਼ਦੀਕ ਹੀ ਹੈ 10-15 ਕਿਲੋਮੀਟਰ ਸੁਣਾਈਏ। ਲੋ ਜੀ ਦੇ ਜਵਾਨਾ ਅਸੀਂ ਪਹੁੰਚ ਗਏ ਸੁਣਾਈਏ ਅਲ ਖਮੀਸ ਵਾਲੇ ਵਿੱਚ, ਤਾਂ ਹੁਣ ਜਨਾਬ ਵੇਖ ਲਓ ਪੱਖਾ ਸ਼ੱਖਾ ਲਾ ਲਏ ਆ, ਪੜ੍ਹਦੇ ਛੱਡਦੇ ਹੈਗਾ ਕਰ ਲੈਂਦੇ ਅਤੇ ਇੱਥੇ ਲੱਗੇ ਜੇ ਹੁਣ ਸੌਣ। ਇਨਸ਼ਾਅੱਲਾ ਜ਼ਿੰਦਗੀਆਂ ਰਹੀਆਂ ਤਾਂ ਸੁਬਹ ਨਵੀਂ ਵੀਡੀਓ ਨਵਾਂ ਵਲੌਗ ਇੱਥੇ ਸਟਾਰਟ ਹੋਵੇਗਾ। ਉਸ ਵੇਲੇ ਤੁਹਾਡੀ ਜਨਾਬ ਦੇ ਹੋਈ ਇਜਾਜ਼ਤ, ਹੱਸਦੇ ਰਹੋ ਵਸਦੇ ਰਹੋ। ਠੀਕ ਹੈ, ਦੁਆਵਾਂ 'ਚ ਰੱਖਿਆ ਯਾਦ ਪਾਕਿਸਤਾਨ ਜ਼ਿੰਦਾਬਾਦ।